ਮੌਜੂਦਾ ਹਾਲਾਤਾਂ ਵਿੱਚ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰਾਂ ਨੂੰ ਹੋਇਆ ਘਾਟਾ। ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ ਹੋਣ ਦੇ ਬਾਵਜੂਦ ਵਪਾਰ ਘਾਟੇ ਵਿੱਚ ਕਿਉਂ? ਕਾਰੀਗਰ ਇਸ ਵਪਾਰ ਤੋਂ ਨਾਖੁਸ਼ ਕਿਉਂ ਹੁੰਦੇ ਜਾ ਰਹੇ ਹਨ? ਆਖਿਰ ਇਸ ਵਪਾਰ ਵਿੱਚ ਪੁਸ਼ਤਾਂ ਤੋਂ ਚੱਲੇ ਆ ਰਹੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਆਪਣੀ ਅਗਲੀ ਪੀੜ੍ਹੀ ਨੂੰ ਪ੍ਰੋਤਸਾਹਿਤ ਕਿਉਂ ਨਹੀਂ ਕਰਨਾ ਚਾਹੁੰਦੇ? ਰੂਪਨਗਰ ਦੇ ਲਾਭ ਸਿੰਘ ਜੋ ਪੀੜ੍ਹੀ ਦਰ ਪੀੜ੍ਹੀ ਮਿੱਟੀ ਦੇ ਬਰਤਨ ਬਣਾਉਂਦੇ ਆ ਰਹੇ ਹਨ, ਅੱਜ ਇਸ ਕਾਰੋਬਾਰ ਤੋਂ ਨਿਰਾਸ਼ ਹੋ ਚੁੱਕੇ ਹਨ, ਕਿਉਂਕਿ ਇਸ ਵਪਾਰ ਵਿੱਚ ਇਸ ਟਾਈਮ ਮਿਹਨਤ ਜ਼ਿਆਦਾ ਅਤੇ ਫਾਇਦਾ ਘੱਟ ਹੋ ਰਿਹਾ ਹੈ। ਕਾਰੀਗਰਾਂ ਦੀ ਮਿਹਨਤ ਦੀ ਕਮਾਈ ਅਤੇ ਵੱਡੇ ਵੱਡੇ ਦੁਕਾਨਦਾਰਾਂ ਨੇ ਕਬਜ਼ਾ ਕਰ ਲਿਆ ਹੈ। ਦੂਸਰੇ ਪਾਸੇ ਤਿਉਹਾਰਾਂ 'ਤੇ ਚਾਈਨੀਜ਼ ਸਮਾਨ ਨੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਵੀ ਘੱਟ ਹੁੰਦੀ ਜਾ ਰਹੀ ਹੈ, ਜਿਸ ਕਾਰਨ ਮਿੱਟੀ ਦੇ ਬਰਤਨਾਂ ਦੇ ਵਪਾਰ ਲੁਪਤ ਹੁੰਦੇ ਜਾ ਰਹੇ ਹਨ। ਮੇਰਾ ਨਾਮ ਲਾਭ ਸਿੰਘ ਆ ਜੀ, ਪਿੰਡ 'ਚ ਮੈਨੂੰ ਵੈਸੇ ਘੋਲਾ ਕਹਿੰਦੇ ਆ ਸਾਰੇ, ਪਰ ਮੈਂ ਸ਼ੁਰੂ ਤੋਂ ਹੀ ਮਤਲਬ ਜਦ ਬਚਪਨ ਤੋਂ ਹੀ ਬਣਾ ਰਿਹਾ ਇਹ, ਅਤੇ ਪਹਿਲਾਂ ਮੇਰੇ ਡੈਡੀ ਬਣਾਉਂਦੇ ਸੀ, ਉਹ 'ਤੇ ਪਹਿਲਾਂ ਦਾਦਾ ਜੀ ਬਣਾਉਂਦੇ ਸੀ, ਮਤਲਬ ਉਹ 'ਤੇ ਪਹਿਲਾਂ ਉਹਦੇ ਡੈਡੀ ਬਣਾਉਂਦੇ ਸੀ, ਮਤਲਬ ਚੌਥੀ ਪੀੜ੍ਹੀ ਆ ਸਾਡੀ ਇਹ, ਅਤੇ ਹੁਣ ਲਗਾਤਾਰ ਇਹ ਮਤਲਬ ਮੈਂ ਇਹ ਕਿੱਤੇ ਨੂੰ ਚੁਣ ਲਿਆ ਅਤੇ ਹੁਣ ਇਹ ਮੈਂ ਬਣਾ ਰਿਹਾ ਜੀ। ਦੀਵਾਲੀ ਦਾ ਸਮਾਨ ਇਸ ਵਕਤ ਤਿਆਰ ਕਰ ਰਿਹਾ। ਦੇਖੋ ਭਾਅ ਜੀ, ਕੀ ਬਣਾਉਂਦੇ ਤੁਸੀਂ? ਮੈਂ ਟੋਟਲੀ ਦੀਵੇ ਤੋਂ ਲੈ ਕੇ ਘੜੇ, ਚਾਟੀਆਂ, ਤੌੜੀਆਂ, ਮਤਲਬ ਸਾਰਾ ਟੋਟਲੀ ਮਿੱਟੀ ਦਾ ਜੋ ਵੀ ਸਮਾਨ ਯੂਜ਼ ਹੁੰਦਾ, ਆਮ ਘਰਾਂ ਵਿੱਚ ਵਰਤਿਆ ਜਾ ਸਕਦਾ ਅਤੇ ਆਮ ਦੀਵਾਲੀ ਦੇ ਮੌਕੇ ਲੋਕ ਖਰੀਦਦਾਰੀ ਕਰਦੇ ਆ, ਦੀਵਾਲੀ ਦੇ ਦੀਵੇ ਹੋਏ ਮੇਨ, ਇਹ ਚੀਜ਼ਾਂ ਇਹ ਸਾਰੀਆਂ ਟੋਟਲੀ ਬਣਾਉਣਾ ਜੀ। ਭਾਅ ਜੀ, ਮਿੱਟੀ ਕਿੱਥੋਂ ਲੈ ਕੇ ਆਉਂਦੇ ਤੁਸੀਂ? ਮਿੱਟੀ ਵੀਰੇ ਆ ਸਾਡੇ ਕੋਲ 4 ਕਿਲੋਮੀਟਰ ਦੂਰ ਇੱਕ ਨਦੀ ਆ, ਉੱਥੋਂ ਅਸੀਂ ਮਿੱਟੀ ਲੈਂਦੇ ਹਾਂ, ਪਰ ਹੁਣ ਉਹ ਮਿੱਟੀ ਦੀ ਬਹੁਤ ਪਰੇਸ਼ਾਨੀ ਆ, ਜਿੱਦਾਂ ਆ ਮੈਨਿੰਗ ਦਾ ਕਰਕੇ ਰੋਕ ਲੱਗੀ ਆ ਨਾ, ਉਹਦਾ ਰੋਕ ਤਾਂ ਲੱਗੀ ਆ ਰੇਤੇ ਨੂੰ, ਪਰ ਸਾਨੂੰ ਮਿੱਟੀ ਵੀ ਚੱਕਣ ਨਹੀਂ ਦਿੰਦੇ ਹੈਗੇ। ਹੁਣ ਕਰੀਏ ਕਿਆ, ਮਜਬੂਰ ਨਾ ਅਸੀਂ ਹੁਣ ਸਾਰੀ ਤਾਂ ਜਾਂਦੇ ਹਾਂ, ਡੰਗ ਸਾਰਦੇ ਹਾਂ ਲਿਆ ਕੇ, ਪਰ ਅਸੀਂ ਇਹ ਪਹਿਲਾਂ ਮੰਗੋ ਇਹ ਨਹੀਂ ਹੈਗਾ ਵੀ ਬੇਧੜਕ ਹੋ ਕੇ ਮਿੱਟੀ ਚੱਕ ਸਕੀਏ। ਨਹੀਂ ਵੀਰ ਜੀ, ਕਦੇ ਸੋਚਿਆ ਵੀ ਨਹੀਂ, ਤਾਂ ਮੈਂ ਜਾਣੀ ਕਿ ਪੜ੍ਹ ਰਿਹਾ ਤਾਂ ਪੜ੍ਹਦੇ ਪੜ੍ਹਦੇ ਡੈਡੀ ਦੀ ਡੈਥ ਹੋ ਗਈ ਅਤੇ ਸਾਡੀ ਘਰ ਦੀ ਆਰਥਿਕ ਸਥਿਤੀ ਇਹੋ ਜਿਹੀ ਤੀ, ਮਤਲਬ ਮੈਂ ਪੜ੍ਹਾਈ ਵੀ ਜਾਰੀ ਨਹੀਂ ਆਪਣੀ ਰੱਖ ਸਕਿਆ ਅਤੇ ਹੌਲੀ ਹੌਲੀ ਫਿਰ ਆਰਥਿਕ ਤੰਗੀਆਂ ਕਰਕੇ ਫਿਰ ਮੈਂ ਇਹ ਕਿੱਤੇ ਨੂੰ ਆਪਣਾ ਚੁਣ ਲਿਆ। ਜਾਣੀ ਕਿੰਨੇ ਬੱਚੇ ਤੁਸੀਂ ਪਾਲਦੇ ਇਸ ਕੰਮ 'ਚ? ਮੇਰੇ 2 ਬੇਟੇ ਨੇ, ਵਾਈਫ ਆ ਮੇਰੀ, ਅਸੀਂ 4 ਮੈਂਬਰ ਹਾਂ ਇਸ ਘਰ ਦੇ ਵਿੱਚ। ਇਹੀ ਕੰਮ ਕਰਦੇ ਜੀ, ਹੋਰ ਵੀ? ਨਹੀਂ, ਇਹੀ ਟੋਟਲੀ ਅਸੀਂ ਮਤਲਬ ਇਹ ਤਾਂ ਹੀ ਨਿਰਭਰ ਹਾਂ ਜੀ ਮਿੱਟੀ ਦੇ। ਤਿਉਹਾਰਾਂ ਦੇ ਕੰਮ ਹੁੰਦਾ ਜੀ, ਰੈਗੂਲਰ ਚੱਲਦਾ? ਨਹੀਂ, ਅਸੀਂ ਮਤਲਬ ਹੁਣ ਦੀਵਾਲੀ ਜਿਵੇਂ ਆ ਰਹੀ ਆ, ਟੋਟਲੀ ਸਾਰਾ ਦੀਵਾਲੀ ਦਾ ਸਮਾਨ ਬਣਾ ਰਹੇ ਹਾਂ। ਉਸ ਤੋਂ ਬਾਅਦ ਫਿਰ ਸਿਆਲ ਦੇ ਵਿੱਚ ਜਿਵੇਂ ਲੋਕ ਚੁੱਲ੍ਹੇ ਮੰਗਦੇ ਆ, ਅੰਗੀਠੀਆਂ ਮੰਗਦੇ ਆ, ਤੌੜੀਆਂ, ਸਾਗ ਬਣਾਉਂਦੇ ਆ, ਚਾਟੀਆਂ, ਫਿਰ ਇਹ ਸ਼ੁਰੂ ਕਰ ਦਿੰਦਾ, ਫਿਰ ਮੈਂ ਇਹ ਬਣਾਉਂਦਾ ਜੀ। ਮਾਰਕੀਟ 'ਚ ਇੱਕ ਦੀਵਾ ਕਿੰਨੇ ਦਾ ਦਿੰਦੇ ਹੋ? ਇਹ ਵੀਰ ਜੀ, ਇਹ ਮਤਲਬ ਜਿਹੜੇ ਹੋਲਸੇਲ ਦੇ ਵਿੱਚ ਦਿੰਦੇ ਹਾਂ ਅਸੀਂ, ਇਹ ਹੋਲਸੇਲ ਦੇ ਵਿੱਚ ਇੱਕ ਦੀਵਾ 50 ਪੈਸੇ ਦਾ ਜਾ ਰਿਹਾ ਇਸ ਟਾਈਮ। ਜਦ ਇਹ ਬਾਜ਼ਾਰ 'ਚ ਲੈਣ ਜਾਊਂਗੇ ਤੁਹਾਨੂੰ 2 ਰੁਪਏ ਦਾ ਮਿਲਣਾ ਹੈ। ਹਾਂਜੀ। ਨਹੀਂ ਵੀਰ ਜੀ, ਦੇਖ ਬੱਚੇ ਮੇਰੇ ਪੜ੍ਹਦੇ ਆ, ਪਰ ਮੈਂ ਇਹ ਅੱਜ ਤੱਕ ਦੇਖ ਲਿਆ ਵੀ ਇਹਦੇ ਵਿੱਚ ਮਿਹਨਤ ਬਹੁਤ ਆ ਅਤੇ ਕਮਾਈ ਇੰਨੀ ਹੈ ਨਹੀਂ, ਅਤੇ ਆਉਣ ਵਾਲੇ ਸਮੇਂ 'ਚ ਬੱਚੇ ਵੈਸੇ ਹੀ ਇਹ ਦੇਖ ਕੇ ਆਪਣੇ ਆਪ ਹੀ ਨਹੀਂ ਕਰਨਗੇ ਹੈਗੇ, ਮੈਂ ਤਾਂ ਪਾਉਣਾ ਚਾਹੁੰਦਾ ਹੀ ਨਹੀਂ ਹੈਗਾ। ਇੱਕ ਤਰ੍ਹਾਂ ਦਾ ਤੁਹਾਡੇ ਸ਼ੌਂਕ ਹੈ ਜਾਂ ਫਾਦਰ ਸਾਹਿਬ ਨੇ ਕਿਹਾ ਸੀ ਇਹ ਕੰਮ ਕਰਨਾ? ਨਹੀਂ, ਪਹਿਲਾਂ ਪਹਿਲਾਂ ਥੋੜ੍ਹੀ ਮੈਨੂੰ ਮਜਬੂਰੀ ਲੱਗੀ ਇਸ ਕੰਮ 'ਚ, ਪਰ ਹੁਣ ਮੈਨੂੰ ਇਹਦਾ ਪ੍ਰੋਫੈਸ਼ਨ ਮਤਲਬ ਪਤਾ ਲੱਗ ਗਿਆ ਅਤੇ ਹੁਣ ਮੈਂ ਇਹਨੂੰ ਆਪਣੇ ਹਿਸਾਬ ਨਾਲ ਵੀ ਢਲ ਗਿਆ ਇਹਦੇ ਵਿੱਚ। ਵੀਰ ਜੀ, ਇਹ ਹੁਣ ਜਦ ਪਹਿਲਾਂ ਕੱਚੇ ਆ ਦੇਖੋ ਬਣਾ ਰਿਹਾ ਮੈਂ, ਫਿਰ ਉਸ ਤੋਂ ਬਾਅਦ ਇਹ ਸੁਕਾ ਕੇ ਫਿਰ ਇਹ ਗੋਹੇ ਅਸੀਂ ਪਾਥੀਆਂ ਆਮ ਪਿੰਡਾਂ ਤੋਂ ਲੈਂਦੇ ਹਾਂ, ਪਾਥੀਆਂ ਵੀ ਬਹੁਤ ਮਹਿੰਗੀਆਂ ਮਿਲਦੀਆਂ, ਫਿਰ ਉਹ ਜਿੰਨਾ ਕੁ ਮਤਲਬ ਸਾਨੂੰ ਲੋੜ ਆ ਵੀ ਉਨੇ ਕੁ ਯੂਜ਼ ਕਰਕੇ ਉਹਦੇ ਆਵੇ ਦੇ ਵਿੱਚ ਪਾ ਦਿੰਦੇ ਹਾਂ, ਫਿਰ ਤੀਸਰੇ ਦਿਨ ਅਸੀਂ ਕੱਢ ਲੈਂਦੇ ਹਾਂ। ਭਾਅ ਜੀ, ਹੁਣ ਬਾਰਿਸ਼ ਹੋਈ ਹੈ, ਤੁਹਾਡੀ ਮਿੱਟੀ ਸਾਰੀ ਖਰਾਬ ਹੋ ਗਈ, ਉਹਦੇ ਲਈ ਤੁਸੀਂ ਕੀ ਕਰਦੇ ਹੋ? ਨਹੀਂ, ਮਿੱਟੀ ਤਾਂ ਨਹੀਂ ਬਾਰਿਸ਼ ਵਿੱਚ ਕਦੇ ਵੀ ਖਰਾਬ ਹੁੰਦੀ, ਮਿੱਟੀ ਤਾਂ ਵੈਸੇ ਹੀ ਗਿੱਲੀ ਉਹ ਯੂਜ਼ ਹੁੰਦੀ ਆ। ਜਿਵੇਂ ਹੁਣ ਅਸੀਂ ਮਤਲਬ ਭਾਂਡੇ ਪਕਾਉਂਦੇ ਹਾਂ ਖੁੱਲ੍ਹੇ ਵਿੱਚ ਪਕਾਉਂਦੇ ਹਾਂ, ਅਚਾਨਕ ਬਾਰਿਸ਼ ਹੋ ਜਾਂਦੀ ਹੈ, ਜਿਵੇਂ ਹੁਣ ਮੈਂ ਕੱਲ੍ਹ ਭੱਠੀ ਪਾ ਰਿਹਾ ਸੀ ਅਤੇ ਅਚਾਨਕ ਬਾਰਿਸ਼ ਹੋ ਗਈ ਅਤੇ ਸਾਨੂੰ ਬਹੁਤ ਮੁਸ਼ੱਕਤ ਕਰਨੀ ਪੈਂਦੀ ਆ। ਕਈ ਵਾਰੀ ਤਾਂ ਬਚਾਅ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਮੌਸਮ ਤੇਜ਼ ਬਾਰਿਸ਼ ਹੋ ਜਾਂਦੀ ਆ, ਮਤਲਬ ਫਿਰ ਉਹ ਨੁਕਸਾਨ ਵੀ ਬਹੁਤ ਹੁੰਦਾ ਜੀ। ਉਹ ਮੇਰੇ ਕਮਾਈ ਕਾਹਦੀ ਆ, ਬਸ ਗੁਜ਼ਰ ਬਸਰੇ ਹੁੰਦੀ ਆ, ਹੋਰ ਕੁਛ ਨਹੀਂ, ਗੁਜ਼ਾਰਾ ਲਾਇਕ ਹੋ ਜਾਂਦਾ। ਹਾਂਜੀ, ਬਸ ਆਮ ਦਿਹਾੜੀਓ ਪੱਲੇ ਪੈਂਦੀ ਆ, ਹੋਰ ਕੁਛ ਨਹੀਂ। ਜਦੋਂ ਤਿਉਹਾਰ ਨਹੀਂ ਹੁੰਦੇ ਤੁਸੀਂ ਹੋਰ ਕੀ ਕੰਮ ਕਰਦੇ ਹੋ? ਇਹੀ ਆ। ਨਹੀਂ, ਹੋਰ ਮਤਲਬ ਜਾਣੀ ਕਿ ਉਹਤੇ ਬਾਅਦ ਹੁਣ ਤਾਂ ਇਹ ਤਿਉਹਾਰਾਂ ਤੋਂ ਬਾਅਦ ਅਸੀਂ ਬਸ ਹੋਲਸੇਲ ਵਾਲੇ ਸਾਨੂੰ ਸਮਾਨ ਕਹਿ ਦਿੰਦੇ ਨੇ ਵੀ ਔਡਰ 'ਤੇ ਆਹ ਤਿਆਰ ਕਰ ਦਿਉ, ਵੀ ਜਿਵੇਂ ਹੁਣ ਘੜੇ ਹੋ ਗਏ, ਚਾਟੀਆਂ ਹੋ ਗਈਆਂ, ਤੌੜੀਆਂ,
ਬਸ ਇਹ ਬਣਾਉਂਦੇ ਰਹਿੰਦੇ ਆ ਤੇ ਹੋਰ ਸੇਲ ਵਾਲੇ ਲਿਜਾਂਦੇ ਰਹਿੰਦੇ ਆ। ਫੋਟੋ ਵੀ ਬਣਾਉਂਦੇ ਸੀ ਏਦਾਂ ਦੇ ਕੁਛ? ਨਹੀਂ ਮਾਤਾ ਦੀ ਵੀਰ ਜੀ ਉਹ ਬਣਦੀ ਆ ਫਰਮਿਆਂ ਨਾਲ, ਮੈਂ ਸਿਰਫ ਚੱਕ ਪਰੇ ਮਤਲਬ ਟੋਟਲੀ ਸਮਾਨ ਚੱਕ ਪਰੇ ਬਣਾਉਣਾ। ਉਹ ਵੀਰ ਜੀ ਘੜੇ ਦਾ ਪਾਣੀ ਦਾ ਹੈ ਬਹੁਤ ਵਧੀਆ ਤੇ ਬਹੁਤ ਸ਼ੁੱਧ ਆ ਤੇ ਬਹੁਤ ਗੁਣਕਾਰੀ ਆ, ਪਰ ਲੋਕਾਂ ਨੂੰ ਸਮਝ ਨਹੀਂ ਹੈਗੀ ਇਹ ਮਤਲਬ ਕੋਈ ਜ਼ਿਆਦਾ ਮਹਿੰਗੀ ਚੀਜ਼ ਤਾਂ ਹੈ ਨਹੀਂ, 100 ਰੁਪਏ 'ਚ ਘੜਾ ਆਮ ਮਿਲ ਜਾਂਦਾ ਤੇ ਪਾਣੀ ਦੀ ਸ਼ੁੱਧਤਾ ਐਨ ਪਿਓਰ ਮਿਲਦੀ ਆ। ਹੁਣ ਐਰੋਵੇਟਰ ਹਜ਼ਾਰਾਂ ਦੇ ਲਾ ਕੇ ਉਹਦੇ ਵਿੱਚ ਸ਼ੁੱਧਤਾ ਹੈ ਨਹੀਂ, ਹੈ ਤੇ ਜਿਹੜੇ ਬੰਦਿਆਂ ਨੂੰ ਪਤਾ ਹੈ ਉਹ ਘੜੇ ਦਾ ਹੀ ਪੀਂਦੇ ਆ ਹੁਣ ਇਸ ਟਾਈਮ ਵੀ। ਨਹੀਂ ਹੁਣ ਇਸ ਵਕਤ ਤਾਂ ਮਤਲਬ ਸਦਾ ਬਾਹਰ ਆ, ਚੱਲ ਕਰੀ ਜਾਂਦੇ, ਜਾਣੀ ਕਿ ਰੋਜ਼ੀ ਰੋਟੀ ਚੱਲੀ ਜਾਂਦੀ ਆ ਬਸ ਇਹਦੇ ਸਹਾਰੇ। ਸੰਦੇਸ਼ ਤਾਂ ਵੀਰੇ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਅੱਜ ਕੱਲ੍ਹ ਨਵੀਂ ਪੀੜ੍ਹੀ ਆ ਵੀ ਛੱਡਦੇ ਜਾ ਰਹੇ ਆ, ਮੈਂ ਤਾਂ ਰਿਕੁਐਸਟ ਕਰਦਾ ਵੀ ਮਿੱਟੀ ਦੇ ਭਾਂਡੇ ਜ਼ਿਆਦਾ ਨਹੀਂ ਤਾਂ ਕੁਛ ਪਰਸੈਂਟ ਨਾਲ ਘਰਾਂ ਵਰਤਣੇ ਜ਼ਰੂਰ ਚਾਹੀਦੇ ਆ, ਜ਼ਿਆਦਾ ਨਹੀਂ ਤਾਂ ਇੱਕ ਘੜੇ ਦਾ ਪਾਣੀ ਤਾਂ ਜ਼ਰੂਰ ਪੀਓ ਤੁਸੀਂ। ਵੀਰ ਜੀ ਬਹੁਤ ਵਾਜਵਾ ਤਾਂ ਗਾਲਾਂ ਬਹੁਤ ਪੈਂਦੀਆਂ ਵੀ ਕਿਹੜਾ ਚੁਣ ਲਿਆ ਤੁਸੀਂ ਕੀਤਾ ਇਹ, ਵੀ ਉਹ ਵੀ ਨਾਲ ਮਰਦੀ ਆ ਮੇਰੇ, ਹੁਣ ਜਿੰਨੀ ਮਿਹਨਤ ਮੈਂ ਕਰਦਾ ਉਨੀ ਉਹ ਕਰਦੀ ਆ, ਸਮ ਕੇ ਉਹਨੂੰ ਡਬਲ ਕਰਨੀ ਪੈਂਦੀ, ਘਰ ਦੇ ਕੰਮ ਵੀ ਕਰਨੇ, ਉਹਨੇ ਮੇਰੇ ਨਾਲ ਵੀ ਹੈਲਪ ਕਰਾਉਣੀ। ਤੁਸੀਂ ਉਹ ਤੁਹਾਡੀ ਘਰ ਵਾਲੀ ਦੋਨੋਂ ਕੰਮ ਕਰਦੇ? ਹਾਂਜੀ ਹਾਂਜੀ, ਉਹ ਜਾਣੀ ਕਿ ਬਣਾਉਂਦਾ ਤਾਂ ਮੈਂ ਹੀ ਆ, ਬਾਕੀ ਉਹ ਚੱਕ ਥੱਲ ਉੱਧਰ ਉੱਧਰ ਕਰਨੀ, ਧੁੱਪਾਂ ਰੱਖਣੇ, ਸੁਕਾਉਣੇ, ਰੰਗ ਦੇਣਾ, ਮਤਲਬ ਉਹ ਉਹਦਾ ਕੰਮ ਹੁੰਦਾ ਜੀ। ਦੇਖੋ ਜੀ ਇਹ ਹੈਗਾ ਪਿਛੋਕੜ ਦੇ ਚੱਲੇ ਆ ਰਿਹਾ ਕੰਮ, ਜੇ ਹੁਣ ਅੱਜ ਕੱਲ੍ਹ ਨਵੀਂ ਪੀੜ੍ਹੀ ਨਵੀਆਂ ਨਵੀਆਂ ਚੀਜ਼ਾਂ ਦੇਖੋ ਮੌਲ ਦੇ ਵਿੱਚ ਕਿੰਨਾ ਕੁਛ ਖਰੀਦਣ ਨੂੰ ਮਿਲਦਾ ਜਾਂਦੇ, ਪਰ ਉਹ ਇਹ ਨਹੀਂ ਨਾ ਇਹ ਜ਼ਰੂਰੀ ਸੋਚਣਾ ਚਾਹੀਦਾ ਵੀ ਇਹ ਭਾਂਡੇ ਆ ਵੀ ਇਹਨਾਂ ਦੀ ਵੈਲਿਊ ਕਿਆ ਏ ਆਮ ਜੀਵਨ ਦੇ ਵਿੱਚ, ਵੀ ਇਹਨਾਂ ਨੂੰ ਕਿਵੇਂ ਵਰਤਿਆ ਜਾ ਸਕਦਾ। ਇਹ ਜ਼ਰੂਰ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਮਿੱਟੀ ਦੇ ਭਾਂਡੇ ਜ਼ਿਆਦਾ ਨਹੀਂ ਤਾਂ ਕੁਛ ਪਰਸੈਂਟ ਤਾਂ ਘਰ ਦੇ ਵਿੱਚ ਯੂਜ਼ ਕਰੋ ਤਾਂ ਕਿ ਸਾਡੀ ਰੋਜ਼ੀ ਰੋਟੀ ਵੀ ਚੱਲ ਸਕੇ। ਭਾਰਤ ਸੰਦੇਸ਼ ਲਈ ਰੂਪਨਗਰ ਤੋਂ ਜਤੇਂਦਰ ਪਾਲ ਸਿੰਘ ਕਲੇਰ ਦੀ ਰਿਪੋਰਟ।